ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਮੈਂ ਹਾਂ ਤੁਹਾਡੇ ਨਾਲ ਸ਼ਰਮਿਤ ਚੌਧਰੀ ਪੰਜਾਬ ਕੀ ਬਾਤ ਵਿੱਚ ਸਭ ਤੋਂ ਪਹਿਲਾਂ ਕੈਪਟਨ ਸਰਕਾਰ ਦੇ 100 ਦਿਨਾਂ ਦੇ ਪੂਰੇ ਹੋਣ ਦੀ ਗੱਲ ਇਹਨਾਂ 100 ਦਿਨਾਂ ਵਿੱਚ ਕੈਪਟਨ ਸਰਕਾਰ ਦੇ ਕੀ ਕੁਝ ਵੱਡੇ ਫੈਸਲੇ ਰਹੇ ਸਰਕਾਰ ਦੇ ਫੈਸਲਿਆਂ ਤੋਂ ਪੰਜਾਬ ਕਿੰਨਾ ਬਦਲਿਆ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਅਤੇ ਪਠਾਨਕੋਟ ਦੇ ਪਾਰਟੀ ਵਰਕਰਾਂ ਅਤੇ ਵਿਧਾਇਕਾਂ ਦੇ ਨਾਲ ਮੁਲਾਕਾਤ ਉਹਨਾਂ ਨੇ ਕੀਤੀ ਅਤੇ ਇਸ ਬੈਠਕ ਵਿੱਚ ਕੈਪਟਨ ਸਰਕਾਰ ਦੀਆਂ ਉਪਲਬਧੀਆਂ ਦੇ ਨਾਲ ਨਾਲ ਸਰਕਾਰ ਦੇ ਵਿਜ਼ਨ ਦੇ ਨਾਲ ਪਾਰਟੀ ਵਰਕਰਾਂ ਨੂੰ ਵਾਕਫ ਕਰਵਾਇਆ ਗਿਆ ਅਤੇ ਲੋਕਾਂ ਤੱਕ ਪਹੁੰਚਾਉਣ 'ਤੇ ਜ਼ੋਰ ਦੇਣ ਲਈ ਕਿਹਾ ਗਿਆ ਸੁਨੀਲ ਜਾਖੜ ਨੇ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮਾਫ਼ੀ ਦਾ ਫੈਸਲਾ ਲਿਆ ਗਿਆ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਸਰਕਾਰ ਵੱਲੋਂ ਕਦਮ ਅੱਗੇ ਵਧਾਏ ਗਏ ਵੱਖ ਵੱਖ ਕੰਪਨੀਆਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ 'ਤੇ ਚੱਲਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਟਰੈਕਟਰ ਅਤੇ ਗੱਡੀਆਂ ਸਰਕਾਰ ਖੁਦ ਦੀ ਜ਼ਿੰਮੇਦਾਰੀ 'ਤੇ ਲੋਨ 'ਤੇ ਲੈ ਕੇ ਦੇਵੇਗੀ ਅਜਿਹੇ ਤਮਾਮ ਦਾਅਵੇ ਸੁਨੀਲ ਜਾਖੜ ਨੇ ਕੀਤੇ ਕੈਪਟਨ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਸੁਨੀਲ ਜਾਖੜ ਗੁਰਦਾਸਪੁਰ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਰਕਰਾਂ ਅਤੇ ਵਿਧਾਇਕਾਂ ਦੇ ਨਾਲ ਰਾਬਤਾ ਕਾਇਮ ਕਰਦੇ ਹੋਏ ਨਜ਼ਰ ਆਏ ਕਰਜ਼ਾ ਨਹੀਂ ਉਤਰਨਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਬੜਾ ਕਲੀਅਰ ਕੀਤਾ ਟੋਟਲ ਕੁਆਂਟਮ ਆਫ ਡੈਟ ਜਿਹੜਾ ਵੇਵ ਕੀਤਾ ਗਿਆ ਉਹ ਕਰੀਬਨ 9,500 ਕਰੋੜ ਰੁਪਇਆ ਉਹ 9,500 ਕਰੋੜ ਰੁਪਇਆ ਅਸੀਂ ਬੈਂਕਾਂ ਨੂੰ ਕਿਸ਼ਤਾਂ ਦੇ ਵਿੱਚ ਦੇਵਾਂਗੇ ਪਹਿਲੀ ਕਿਸ਼ਤ ਇਸ ਸਾਲ 1,500 ਕਰੋੜ ਦੇਵਾਂਗੇ ਇਸ 3 ਮਹੀਨਿਆਂ ਦੇ ਅੰਦਰ ਅਸੀਂ ਬੈਂਕਾਂ ਦੇ ਨਾਲ ਬੈਠ ਕੇ ਗੱਲ ਕਰਾਂਗੇ ਵੀ ਤੁਸੀਂ ਵਿਆਜ ਦੀ ਰੇਟ ਘਟਾਓ ਕਿਸਾਨ ਦੀ ਬੈਂਕ ਕਨੀ ਕੋਈ ਦੇਣਦਾਰੀ ਨਹੀਂ ਰਹੂ ਸਰਕਾਰ ਉਹ ਦੇਣਦਾਰੀ ਆਪਣੇ ਦੇ ਲੋਕੀ ਕੈਪਟਨ ਸਾਹਿਬ ਦੀ ਸਰਕਾਰ ਕਾਂਗਰਸ ਦੀ ਸਰਕਾਰ ਬੈਂਕਾਂ ਦੇ ਨਾਲ ਆਪਣੇ ਆਪ ਅਸੀਂ ਉਹਨਾਂ ਨੂੰ ਉਹਦਾ ਕਰਜ਼ਾ ਚੁਕਾਵਾਂਗੇ ਇਟਸ ਨਾਟ ਦੈਟ ਵੀ ਆਰ ਗੋਇੰਗ ਟੂ ਸੇ ਵਟ ਬੀਜੇਪੀ ਹੈਜ਼ ਨਾਟ ਬੀਨ ਏਬਲ ਟੂ ਡੂ ਇਨ 3 ਇਅਰਸ ਔਰ ਵਟ ਪ੍ਰੋਮਿਸਿਸ ਦੇ ਹੈਡ ਮੇਡ ਆਈ ਥਿੰਕ ਵੀ ਵਿਲ ਗੋ ਵਿਦ ਅ ਪੋਜ਼ਿਟਿਵ ਏਜੰਡਾ ਪੀਪਲ ਕੈਨ ਡਰਾ ਇਨਫਰੈਂਸਿਸ ਔਨ ਦੇਅਰ ਓਨ ਮੈਂ ਜਾ ਕੇ ਆਹ ਨਹੀਂ ਕਹਿਣਾ ਵੀ ਇਹਨਾਂ ਨੇ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਅਸੀਂ ਕਹਾਂਗੇ ਵੀ ਅਸੀਂ 3 ਮਹੀਨਿਆਂ ਦੇ ਅੰਦਰ ਜੋ ਕੁਛ ਕੀਤਾ ਜਿਹੜਾ ਮੈਂ ਕਹਿ ਰਿਹਾ ਸਾਡੇ ਕੋਲ ਜਿਹੜਾ ਏਜੰਡਾ ਹੈ ਕਿਸਾਨਾਂ ਵਾਸਤੇ ਸਾਡੇ ਕੋਲ ਏਜੰਡਾ ਸ਼ਹਿਰਾਂ ਵਾਸਤੇ ਲਗਰ ਸਾਹਿਬ ਜਿਹੜਾ ਕਰਜ਼ਾ ਮਾਫ਼ੀ ਲਈ 1,500 ਕਰੋੜ ਰੱਖਿਆ ਕੀ ਉਹਦੇ ਨਾਲ ਕਿਸਾਨਾਂ ਦਾ ਕਰਜ਼ਾ ਉੱਤਰ ਜਾਏਗਾ ਸਵਾਲ ਪੁੱਛੇ ਜਾ ਰਹੇ ਨੇ ਲਗਾਤਾਰ ਵਿਰੋਧੀ ਧਿਰ ਵੀ ਪੁੱਛ ਰਿਹਾ ਹੈ ਅਤੇ ਨਾਲ ਦੀ ਨਾਲ ਰਿਪੋਰਟਰਸ ਵੀ ਪੁੱਛ ਰਹੇ ਨੇ ਕਿ ਕਰਜ਼ੇ ਦਾ ਕੀ ਬਣੂ 1,500 ਕਰੋੜ ਦਾ ਕਰਜ਼ਾ ਫਿਰ ਉਸ ਤੋਂ ਜਵਾਬ ਆਇਆ ਕਿ ਕਿਸ਼ਤਾਂ ਵਿੱਚ ਮੋੜਿਆ ਜਾਵੇਗਾ ਬੈਂਕਾਂ ਨੂੰ ਤਮਾਮ ਕਰਜ਼ਾ 9,500 ਕਰੋੜ ਦਾ ਮਾਫ਼ ਕਰਨਾ ਖੈਰ ਵਿਰੋਧੀ ਧਿਰਾਂ ਤਾਂ ਸਵਾਲ ਪੁੱਛ ਹੀ ਰਹੀਆਂ ਨੇ ਪਰ ਸਿੱਖਾਂ ਦੀ ਜਿਹੜੀ ਸ਼੍ਰੋਮਣੀ ਸੰਸਥਾ ਹੈ ਸਭ ਤੋਂ ਉੱਚੀ ਸੰਸਥਾ ਮਿੰਨੀ ਪਾਰਲੀਮੈਂਟ ਉਸ ਦੇ ਪ੍ਰਧਾਨ ਵੀ ਜਿਹੜੇ ਨੇ ਉਹ ਲਗਾਤਾਰ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ ਕੀ ਸਵਾਲ ਪੁੱਛ ਰਹੇ ਨੇ ਆਓ ਤੁਹਾਨੂੰ ਦੱਸਦੇ ਹਾਂ ਆਪਣੀ ਸਿਆਸੀ ਸਰਗਰਮੀ ਨੂੰ ਲੈ ਕੇ ਸਿਆਸਤ ਦੇ ਕੇਂਦਰ ਵਿੱਚ ਆਏ SCPC ਪ੍ਰਧਾਨ ਕਿਰਪਾਲ ਸਿੰਘ ਵਡੋਂਗਰ ਇੱਕ ਵਾਰ ਫਿਰ ਸਿਆਸੀ ਰਾਗ ਅਲਾਪਦੇ ਹੋਏ ਨਜ਼ਰ ਆਏ ਨੇ ਅਤੇ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਦੇ ਮੁਖੀ ਦੇ ਨਿਸ਼ਾਨੇ 'ਤੇ ਇੱਕ ਵਾਰ ਫਿਰ ਕੈਪਟਨ ਸਰਕਾਰ ਰਹੀ ਹੈ ਕੈਪਟਨ ਸਰਕਾਰ ਦੇ 100 ਦਿਨ ਮੁਕੰਮਲ ਹੋਣ 'ਤੇ ਪ੍ਰੋਫੈਸਰ ਬਡੂੰਗਰ ਦੀ ਦਲੀਲ ਹੈ ਕਿ ਕੈਪਟਨ ਸਰਕਾਰ ਦੇ ਚਾਹੇ 100 ਦਿਨ ਮੁਕੰਮਲ ਹੋਣ ਜਾਂ 5 ਵਰੇ ਉਹਨਾਂ ਨੇ ਕਰਨਾ ਕੁਝ ਨਹੀਂ ਹੈ ਨਾਲ ਹੀ ਉਹਨਾਂ ਨੇ ਮੌਜੂਦਾ ਦਸਤਾਰ ਵਿਵਾਦ 'ਤੇ ਵੀ ਸਰਕਾਰ ਨੂੰ ਸਿੱਧੇ ਹੱਥੀਂ ਲਿਆ ਇਸ ਮਸਲੇ 'ਤੇ ਅਕਾਲੀ ਦਲ 'ਤੇ ਉਹਨਾਂ ਵੱਲੋਂ ਵਿਖਾਈ ਜਾ ਰਹੀ ਸਰਗਰਮੀ 'ਤੇ ਉਹਨਾਂ ਕਿਹਾ ਕਿ ਦਸਤਾਰ ਦੇ ਮੁੱਦੇ ਨੇ ਪਿਛਲੇ ਲੰਮੇ ਵਕਤ ਤੋਂ ਦਸਤਾਰ ਦੇ ਮੁੱਦੇ ਨੂੰ ਉਹ ਚੁੱਕਦੇ ਰਹੇ ਨੇ ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਪੂਰਾ ਇਹ ਮਸਲਾ ਚੁੱਕਿਆ ਸੀਗਾ ਔਰ ਹੁਣ ਵੀ ਸ਼੍ਰੋਮਣੀ ਕਮੇਟੀ ਸਭ ਤੋਂ ਅਗਰਸਰ ਹੋ ਗਏ ਇਸ ਮਸਲੇ 'ਚ ਅਸੀਂ ਗਏ ਹਾਂ ਔਰ ਮੈਂ ਸਭ ਤੋਂ ਪਹਿਲਾਂ ਗਵਰਨਰ ਮਿਲ ਕੇ ਕਿਉਂਕਿ ਸਟੇਟ ਜਿਹੜੀ ਆ ਸਟੇਟ ਦੀ ਸਰਕਾਰ ਆ ਉਹਦਾ ਹੈੱਡ ਜਿਹੜਾ ਗਵਰਨਰ ਹੈ ਮੈਂ ਗਵਰਨਰ ਸਾਹਿਬ ਨੂੰ ਮਿਲ ਕੇ ਆਪਣੇ ਡੈਪੂਟੇਸ਼ਨ ਲੈ ਕੇ SCPC ਦਾ ਉਹਨਾਂ ਨੇ ਕਿਹਾ ਸੀ ਕਿ ਇਹ ਤੋਂ ਮਾੜਾ ਕੰਮ ਕਦੇ ਅਸੈਂਬਲੀ 'ਚ ਹੋਇਆ ਜੋ ਉੱਥੇ ਹੋਇਆ ਇਸ ਲਈ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਕੈਪਟਨ ਸਰਕਾਰ ਦੇ 100 ਦਿਨ ਪੂਰੇ ਹੋ ਜਾਣ ਭਾਵੇਂ ਉਹਦੇ 5 ਸਾਲ ਪੂਰੇ ਹੋ ਸਭ ਦੁਨੀਆਂ ਨੂੰ ਪਤਾ ਹੈ ਕਿ ਜੋ ਸਰਕਾਰ ਬਣਾਉਣ ਤੋਂ ਪਹਿਲਾਂ ਜੋ ਕੁਛ ਉਹਨਾਂ ਨੇ ਕਿਹਾ ਸੀ ਉਹ ਸਾਰਾ ਕੁਛ ਹੀ ਉਹਦੇ ਉਲਟ ਹੋ ਰਿਹਾ ਕੰਮ ਔਰ ਪਹਿਲੀ ਵਾਰ ਇਹ ਹੋਇਆ ਕਿ ਮੁੱਖ ਮੰਤਰੀ ਸਾਹਿਬ ਇੱਕ ਦਿਨ ਪਹਿਲਾਂ ਹੋਰ ਕਹਿ ਰਹੇ ਨੇ ਅਸੈਂਬਲੀ ਵਿੱਚ ਪਰ ਉਹਨਾਂ ਦੇ ਸਾਰਾ ਪਾਣੀ ਫਿਰ ਮੁੱਖ ਮੰਤਰੀ ਖਜ਼ਾਨਾ ਮੰਤਰੀ ਫਿਰਤਾ ਬਡੂੰਗਰ ਸਾਹਿਬ ਜਿਹੜੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਨੇ SCPC ਦੇ ਪ੍ਰਧਾਨ ਨੇ ਉਹ ਸਿਆਸੀ ਭਾਸ਼ਾ ਬੋਲ ਰਹੇ ਨੇ ਅਤੇ ਇੰਜ ਲੱਗਦਾ ਹੈ ਜਿਵੇਂ ਮਤਲਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈ ਬਿਲਕੁਲ ਉਹੀ ਉਸ ਦੇ ਆਗੂ ਵਾਂਗੂ ਉਹ ਬੋਲ ਰਹੇ ਹੋਣ
ਪੰਜਾਬ ਵਿੱਚ ਵਿਧਾਨ ਸਭਾ ਦਾ ਬਜਟ ਇਜਲਾਸ ਭਾਵੇਂ ਖਤਮ ਹੋ ਗਿਆ ਹੋਵੇ ਪਰ ਸਦਨ ਤੋਂ ਸ਼ੁਰੂ ਹੋਈ ਦਸਤਾਰ ਦੀ ਸਿਆਸਤ ਸੜਕਾਂ 'ਤੇ ਜਾ ਰਹੀ ਹੈ ਅਤੇ ਸਦਨ ਦੇ ਬਾਹਰ ਹੁਣ ਸੜਕਾਂ 'ਤੇ ਵੀ ਪਗੜੀ ਨੂੰ ਲੈ ਕੇ ਸਿਆਸਤ ਹੋ ਰਹੀ ਹੈ। ਸਦਨ ਵਿੱਚ ਸਪੀਕਰ ਅਤੇ ਸਰਕਾਰ ਦੇ ਰਵੱਈਏ ਨੂੰ ਲੈ ਕੇ ਲੀਡਰ ਆਫ ਆਪੋਜੀਸ਼ਨ ਐਚ ਐਸ ਫੂਲਕਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਸ਼ਾਨੇ ਲਾਏ। ਸਪੀਕਰ ਨੇ ਸਾਨੂੰ ਬਿਨਾਂ ਸਸਪੈਂਡ ਕੀਤੇ, ਸਸਪੈਂਡਡ ਨਹੀਂ ਸੀ, ਜਦੋਂ ਚੁੱਕ ਕੇ ਬਾਹਰ ਸੁੱਟੇ ਮੌਕਾ ਸੁੱਟੀ, ਉਸ ਤੋਂ ਮਗਰੋਂ ਆ ਕੇ ਬਾਈ ਨੇਮ ਆ ਕੇ ਬਾਅਦ 'ਚ ਸਸਪੈਂਡ ਕੀਤਾ। ਔਰ ਇਹ ਸਾਰਾ ਕੁਛ ਮੁੱਖ ਮੰਤਰੀ ਦੀ ਮੌਜੂਦਗੀ 'ਚ ਹੋ ਰਿਹਾ ਔਰ ਉਹ ਦੇਖ ਰਹੇ ਆ। ਮੁੱਖ ਮੰਤਰੀ ਨੂੰ ਮਤਲਬ ਕਿ ਇੰਨੀ ਮਤਲਬ ਕਿ ਕਰਸੀ ਵੀ ਨਹੀਂ, ਕਮ ਸੇ ਕਮ ਆਪਣੇ ਐੱਮ ਐੱਲ ਏ ਦਾ ਪਤਾ ਲੈਣੀ, ਹੋਸਪਿਟਲ ਆ ਜਾਂਦੇ। ਸਰ ਸਾਹਿਬ, ਆਮ ਆਦਮੀ ਜਾਂ ਅਕਾਲੀ ਦਲ ਨੇ ਕੀ ਕੀਤਾ ਜਿਹੜਾ ਹੁਕਮ ਕੀਤਾ ਹੈ? ਦੇਖੋ, ਮੈਂ 70-80 ਸਾਲ ਹੋ ਗਏ ਅਸੈਂਬਲੀ 'ਚ, ਪਾਰਲੀਮੈਂਟ ਦੂਜੇ ਸੂਬਿਆਂ ਦੇ ਵੇਖਦੇ, ਕਦੇ ਵੀ ਸਪੀਕਰ ਨੇ ਭਾਵੇਂ ਪਾਰਲੀਮੈਂਟ ਦਾ ਭਾਵੇਂ ਸੂਬਿਆਂ ਦਾ ਇਹ ਮਾਰਸ਼ਲ ਨੂੰ ਨਹੀਂ ਕਿਹਾ ਕਿ ਸਾਰੇ ਮੈਂਬਰਾਂ ਨੂੰ ਪੁਲਿਸ ਜਿਹੜੀ ਉਹਦੀ ਉੱਥੇ ਹੈ ਉਹ ਤੋਂ ਜ਼ਬਰਦਸਤੀ ਕੱਢ ਦਿਓ। ਫੂਲਕਾ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਸਮਝੌਤਾ ਨਹੀਂ ਹੈ, ਕਾਂਗਰਸ ਨੂੰ ਵੀ ਪਗੜੀ ਦੀ ਇੱਜ਼ਤ ਕਰਨੀ ਚਾਹੀਦੀ ਸੀ। ਉੱਧਰ ਪ੍ਰਕਾਸ਼ ਸਿੰਘ ਬਾਦਲ ਨੇ ਪਗੜੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨੇ ਲਾਏ। ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਸਮਰਥਨ 'ਚ ਨਹੀਂ ਖੜਾ ਹੋਇਆ, ਜੋ ਅਕਾਲੀ ਦਲ ਉਹ ਕਹਿ ਰਿਹਾ ਕਿ ਅਸੀਂ ਪਗੜੀ ਦੀ ਇੱਜ਼ਤ ਦੇ ਵਾਸਤੇ ਖੜੇ ਹੋਏ ਹਾਂ, ਇਹ ਕਹਿ ਰਿਹਾ। ਇਹ ਕਾਂਗਰਸ ਵੱਲੋਂ ਵੀ ਕਰਨਾ ਚਾਹੀਦਾ ਸੀ, ਜੇ ਉਹ ਇਹ ਕੰਮ ਹੋ ਗਿਆ ਸੀ, ਚਲੋ ਗਲਤੀ ਹੋ ਗਈ ਸੀ, ਤਾਂ ਉਹ ਕਾਂਗਰਸ ਵਾਲੇ ਚੁੱਕ ਕੇ ਲੈ ਕੇ ਪਗੜੀ ਲੈ ਕੇ ਆਉਂਦੇ, ਉਹਨਾਂ ਦਿੰਦੇ, ਕਹਿੰਦੇ ਜੀ ਅਸੀਂ ਇੱਜ਼ਤ ਕਰਦੇ ਹਾਂ ਪਗੜੀ ਦੀ, ਗਲਤੀ ਹੋ ਗਈ, ਮਾਫ਼ੀ ਮੰਗਦੇ ਹਾਂ। ਇਹ ਕਾਂਗਰਸ ਵੱਲ ਨੂੰ ਕਰਨਾ ਚਾਹੀਦਾ ਸੀ। ਗੱਲ ਸਭ ਤੋਂ ਵੱਧ ਜਿਹੜੀ ਸਿੱਖ ਦੀ ਇੱਜ਼ਤ ਹੈ ਉਹ ਪਗੜੀ ਹੈ। ਵੈਸੇ ਕੋਈ ਵੀ ਜਿਹੜਾ ਪਗੜੀ ਪਹਿਨਦਾ ਸਭ ਤੋਂ ਵੱਧ ਉਹਦੀ ਇੱਜ਼ਤ ਇਸ 'ਚ। ਅਤੇ ਉੱਧਰ ਆਪਣੇ ਹਲਕੇ ਵਿੱਚ ਪਹੁੰਚੇ ਨਵੇਂ ਨਿਯੁਕਤ ਹੋਏ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਮੁਤਾਬਕ ਵਿਰੋਧੀ ਧਿਰਾਂ ਦੇ ਵਿਧਾਇਕਾਂ ਵੱਲੋਂ ਸਦਨ ਵਿੱਚ ਧਾਰਨ ਕੀਤੇ ਅੜੀਅਲ ਰਵੱਈਏ ਦੀ ਵਜ੍ਹਾ ਕਰਕੇ ਇਹ ਸਭ ਕੁਝ ਵਾਪਰਿਆ ਅਤੇ ਦਸਤਾਰ ਉਤਾਰਨਾ ਕਿਸੇ ਦੀ ਮਨਸ਼ਾ ਨਹੀਂ ਸੀ ਬਲਕਿ ਹੰਗਾਮਾ ਕਰ ਰਹੇ ਵਿਧਾਇਕਾਂ ਨੂੰ ਬਾਹਰ ਕੱਢਣ ਦਰਮਿਆਨ ਹੋਈ ਧੱਕਾ ਮੁੱਕੀ ਦਾ ਨਤੀਜਾ ਹੈ। ਉਹਨਾਂ ਨੇ ਸਪੀਕਰ ਦੀ ਇਸ ਮਾਮਲੇ ਵਿੱਚ ਪ੍ਰਤੀਕਿਰਿਆ ਨੂੰ ਜਾਇਜ਼ ਦੱਸਿਆ। ਸਾਹਿਬਾਨ ਕਿਸੇ ਦੀ ਪੱਗ ਡਿੱਗ ਪਈ ਕਿਸੇ ਪੀੜ ਧੱਕੇ ਦੇ ਵਿੱਚ, ਤਾਂ ਉਹ ਕਿਸੇ ਦੀ ਰਾਜਨੀਤਿਕ ਜਾਂ ਕਿਸੇ ਦੀ ਇੰਡੀਵਿਜੁਅਲ ਕਿਸੇ ਦੀ ਮਨਸ਼ਾ ਨਹੀਂ ਸੀ। ਸਪੀਕਰ ਸਾਹਿਬ ਨੂੰ, ਸਪੀਕਰ ਸਾਹਿਬ ਇਜ਼ ਦਾ ਕਸਟੋਡੀਅਨ ਆਫ ਦਾ ਹਾਊਸ, ਉਹਨੇ ਹਾਊਸ ਨੂੰ ਚਲਾਉਣਾ। ਅਗਰ ਕੁਝ ਲੋਕ ਜਿਨ੍ਹਾਂ ਦੀ ਕੋਈ ਟਾਰਗੇਟ ਨਹੀਂ, ਜਿਨ੍ਹਾਂ ਦੀ ਕੋਈ ਸੋਚ ਨਹੀਂ, ਉਹ ਉਸਨੂੰ ਡਿਸਟਰਬ ਕਰਨਾ ਚਾਹੁਣ, ਤਾਂ ਉਸ ਦੇ ਕੋਲ ਇਹ ਇਖਤਿਆਰ ਹੈ ਕਿ ਉਹ ਉਹਨਾਂ ਨੂੰ ਹਾਊਸ ਦੇ ਵਿੱਚੋਂ ਬਾਹਰ ਜਾਣ ਦੇ ਲਈ ਕਹਿ ਸਕਦਾ। ਅਤੇ ਪੰਜਾਬ ਕੀ ਬਾਤ ਵਿੱਚ ਹੁਣ ਗੱਲ ਕਰਦੇ ਹਾਂ, ਦਸਤਾਰ ਦੀ ਗੱਲ ਕਰਦੇ ਹਾਂ। ਸਿਆਸੀ ਪਾਰਟੀਆਂ ਵੱਲੋਂ ਦਸਤਾਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ, ਸੂਬੇ ਦੇ ਲੋਕ ਇਸ ਨੂੰ ਲੈ ਕੇ ਕੀ ਸੋਚਦੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਜੀ ਮੀਡੀਆ ਪੱਤਰਕਾਰ ਅਜੇ ਮਹਾਜਨ ਨੇ ਗੁਰਦਾਸਪੁਰ ਦੇ ਲੋਕਾਂ ਤੋਂ। ਵਿਧਾਨ ਸਭਾ 'ਚ ਹੋਏ ਹੰਗਾਮੇ 'ਤੇ ਪਗੜੀ ਦੀ ਸਿਆਸਤ ਬਾਰੇ ਲੋਕਾਂ ਦੀ ਰਾਏ ਕੀ ਹੈ? ਪਠਾਨਕੋਟ 'ਚ ਕੁਛ ਲੋਕ ਇੱਥੇ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਨਾਬ, ਵਿਧਾਨ ਸਭਾ 'ਚ ਜੋ ਹੰਗਾਮਾ ਹੋਇਆ, ਪਗੜੀ 'ਤੇ ਸਿਆਸਤ ਹੋ ਰਹੀ ਹੈ, ਕੀ ਕਾਰਨ ਹੈ? ਦੇਖੋ ਜੀ, ਪੰਜਾਬ ਦੇ ਵਿੱਚ ਜੋ ਪਗੜੀ ਹੈ ਦਸਤਾਰ, ਇਹਦੀ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਦੀ ਰਿਸਪੈਕਟ ਕਰਦਾ, ਇਹ ਸਿਰ ਦਾ ਤਾਜ ਹੈ। ਇਹ ਸਿਆਸਤ ਬਿਲਕੁਲ ਨਹੀਂ ਹੋਣੀ ਚਾਹੀਦੀ। ਜੋ ਵਿਧਾਨ ਸਭਾ ਵਿੱਚ ਹੋਇਆ ਉਹ ਇੱਕ ਦਰਅਸਲ ਇੱਕ ਸਿਆਸਤ ਦੀ, ਯਾਨੀ ਕਹਿ ਸਕਦੇ ਹਾਂ ਵੀ ਇੱਕ ਬਹੁਤ ਇਹਨਾਂ ਨੇ ਖੁਸ਼ਹਾਲੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਅੱਜ ਤੁਸੀਂ ਦੇਖੋ ਆਪ ਵਾਲੇ ਔਰ ਅਕਾਲੀ ਇਕੱਠੇ ਹੋ ਕੇ ਗੱਡੀ ਦੇ ਬਹਿ ਕੇ ਇਹ ਮਸਲਾ ਉਠਾਉਂਦੇ ਆ, ਲੇਕਿਨ ਪਿਛਲੇ ਵਿਧਾਨ ਸਭਾ ਵਿੱਚ ਜੋ ਪੱਗਾਂ ਉਛਾਲੀਆਂ ਗਈਆਂ ਉਦੋਂ ਇਹ ਆਪਸ ਦੇ ਵਿੱਚ ਇਹਨਾਂ ਨੇ ਕੀ ਕੀਤਾ, ਇਸ ਦਰਅਸਲ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਵਿਧਾਨ ਸਭਾ ਦੇ ਵਿੱਚ ਜੋ ਦਸਤਾਰ ਹੈ ਇਹ ਅਸੀਂ ਇਹਦੀ ਕਦਰ ਕਰਦੇ ਹਾਂ ਔਰ ਪੂਰਾ ਪੰਜਾਬ ਇਸਦੀ ਕਦਰ ਕਰਦਾ। ਇਹਦੇ ਵਿੱਚ ਖਾਸ ਕਰਕੇ ਸਿਆਸਤ ਘੋਲੀ ਜਾ ਰਹੀ ਹੈ ਔਰ ਦਸਤਾਰ ਦੀ ਅੱਜ ਤੱਕ ਹਰ ਬੰਦਾ ਇੱਜ਼ਤ ਕਰਦਾ ਤੋਂ ਇੱਜ਼ਤ ਰਹੀ ਹੈ। ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਾਨੂੰ ਕੋਈ ਨਜ਼ਰ ਨਹੀਂ ਆਉਂਦੀ, ਕਿਉਂਕਿ ਇਹਨਾਂ ਦਾ ਅਕਾਲੀਆਂ ਦਾ ਇੱਕ ਮੁੱਦਾ ਆ, ਇਹ ਉਹਨਾਂ ਕੋਲ ਮੁੱਦਾ ਨਹੀਂ ਆਇਆ, ਉਹ ਦਸਤਾਰ ਦਾ ਮੁੱਦਾ ਲੈ ਕੇ ਜਿਹੜੀ ਆਪਣੀ ਸਿਆਸਤ ਕਰ ਰਹੇ ਹਨ। ਸਰ, ਮੈਂ ਪੰਜਾਬ ਵਾਸੀਆਂ ਅੱਗੇ ਬੇਨਤੀ ਕਰਦਾ ਹਾਂ ਕਿ ਕੋਈ ਇਸ ਤਰ੍ਹਾਂ ਦੀ ਪਾਰਟੀ ਦੀ ਗੱਲ ਨਹੀਂ ਹੈ। ਕਾਂਗਰਸ ਇੱਕ ਨੈਸ਼ਨਲ ਪਾਰਟੀ ਹੈ, ਇਹਦੇ ਵਿੱਚ ਬੜੇ ਹੋਏ ਸੁਲਝੇ ਹੋਏ ਇਨਸਾਨ ਨੇ, ਕੋਈ ਵੀ ਇਸ ਤਰ੍ਹਾਂ ਦੀ ਮਾੜੀ ਹਰਕਤ ਕਰਕੇ ਕੋਈ ਵੀ ਰਾਜ਼ੀ ਨਹੀਂ ਹੈ। ਉਹਦਾ ਕੋਈ ਉਹਨਾਂ ਰਲ ਕੇ ਜਿਹੜਾ ਆਮ ਪਾਰਟੀ ਨਾਲ ਆਪਣਾ ਜਿਹੜਾ ਵੀ ਇਕੱਠਾ ਹੋ ਕੇ ਆਪਾਂ ਜਿਹੜਾ ਵਿਵੇਕ ਉਹਨਾਂ ਨੂੰ ਸਰਕਾਰ ਨੂੰ ਜਿਹੜਾ ਕੁਛ ਸੀ ਇੰਨਾ ਹੀ ਹੈ, ਬਾਕੀ ਕੁਛ ਨਹੀਂ ਉਹਨਾਂ ਕੋਲ। ਬਿਲਕੁਲ, ਕੁਛ ਲੋਕ ਇੱਥੇ ਮੇਰੇ ਮਨ ਨਾਲ ਮੌਜੂਦ ਸੀਗੇ ਜਿਹਨਾਂ ਦਾ ਕਹਿਣਾ ਹੈਗਾ ਕਿ ਵਿਧਾਨ ਸਭਾ ਦੇ ਵਿੱਚ
ਹੰਗਾਮਾ ਜਿਹੜਾ ਹੈਗਾ ਔਰ ਉਸ ਤੋਂ ਬਾਅਦ ਪਗੜੀ ਲੈ ਕਰਕੇ ਸਿਆਸਤ ਜਿਹੜੀ ਹੈਗੀ ਹੈ ਉਹ ਹੋ ਰਹੀ ਹੈਗੀ ਹੈ ਔਰ ਅਕਾਲੀ ਦਲ ਹੁਣ ਸਿਰਫ ਲਾਹਾ ਲੈਣ ਵਾਸਤੇ ਇਸ ਤਰ੍ਹਾਂ ਦੀ ਹਮਦਰਦੀ ਜਿਹੜੇ ਹੈਗੇ ਉਹ ਜਤਾ ਰਹੇ ਹੈਗੇ ਨੇ। ਅਜੇ ਮਹਾਜਨ ਜ਼ੀ ਮੀਡੀਆ ਪਠਾਨਕੋਟ। ਅਤੇ ਪਠਾਨਕੋਟ ਤੋਂ ਬਾਅਦ ਆਓ ਹੁਣ ਸੁਣ ਲੈਂਦੇ ਹਾਂ ਮੋਹਾਲੀ ਦੇ ਲੋਕ ਕੀ ਕਹਿ ਰਹੇ ਨੇ। ਜ਼ੀ ਮੀਡੀਆ ਪੱਤਰਕਾਰ ਰਵਿੰਦਰ ਸਿੰਘ ਨੇ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਵਿਧਾਨ ਸਭਾ ਮੇ ਹੋਏ ਹੰਗਾਮੇ ਮੇ ਪਗੜੀ ਕੀ ਸਿਆਸਤ ਆਖਿਰਕਾਰ ਕਿਉਂ ਹੋ ਰਹੀ ਹੈ? ਆਖਿਰਕਾਰ ਐਸ ਜੀ ਪੀ ਸੀ ਜਿਸ ਤਰ੍ਹਾਂ ਸੇ ਆਜ ਅਕਾਲੀ ਦਲ ਕੇ ਸੁਰ ਮੇ ਸੁਰ ਮਿਲਾ ਕਰ ਬਾਤ ਕਰ ਰਹੀ ਹੈ, ਪਹਿਲੇ ਪੰਥ ਕੇ ਮੁੱਦੋਂ ਪਰ ਵੋ ਕਿਉਂ ਨਹੀਂ ਬੋਲੀ? ਇਨ ਤਮਾਮ ਸਵਾਲੋਂ ਕੇ ਜਵਾਬ ਢੂੰਢਣੇ ਕੇ ਲੀਏ ਹਮ ਮੋਹਾਲੀ ਪਹੁੰਚੇ ਹੋਏ ਹੈਂ। ਬਾਤ ਕਰਤੇ ਹੈਂ ਆਪਸੇ, ਸਰ ਕਿਆ ਸੋਚਤੇ ਜਿਸ ਤਰ੍ਹਾਂ ਸੇ ਜੋ ਅਬ ਪਗੜੀ ਪਰ ਸਿਆਸਤ ਹੋ ਰਹੀ ਹੈ, ਵਿਧਾਨ ਸਭਾ ਮੇ ਹੰਗਾਮਾ ਹੁਆ, ਬਹੁਤ ਸਾਰੀ ਬੇਅਦਬੀ ਵੀ ਹੋਈ, ਕਿਸ ਤਰ੍ਹਾਂ ਸੇ ਦੇਖਤੇ ਹੋ ਆਪ ਇਸ? ਉਹ ਪੰਜਾਬੀ ਮੈਂ ਬੋਲਤੇ ਹੈ ਨਾ ਕਿ ਆਪਣੀ ਆਪਣੀਆਂ ਕਫ 'ਚ ਦੂਜੇ ਦੀਆਂ ਹੱਥ 'ਚ ਹੈ ਨਾ। ਅਕਾਲੀਆਂ ਨੇ 10 ਸਾਲ ਦੇ ਵਿੱਚ ਹਜ਼ਾਰਾਂ ਬੇਰੁਜ਼ਗਾਰਾਂ ਦੀਆਂ ਜਾਂ ਹੋਰ ਲੋਕਾਂ ਦੀਆਂ ਸੜਕਾਂ 'ਤੇ ਪੱਗਾਂ ਰੋਲੀਆਂ ਨੇ। ਕਈ ਮੰਤਰੀ ਆਪ ਗੱਡੀਆਂ 'ਚੋਂ ਉਤਰ ਕੇ ਬੇਰੁਜ਼ਗਾਰਾਂ ਦੇ ਥੱਪੜ ਮਾਰਦੇ ਰਹੇ ਨੇ ਲੜਕੀਆਂ ਦੇ। ਕਿ ਜੇ ਕੋਈ ਪੱਗ ਬੰਨਦਾ ਉਹਦੀ ਇੱਜ਼ਤ ਹੈ? ਮੈਂ ਸਮਝਦਾ ਜੇ ਕਿਸੇ ਦੀ ਪੱਗ ਉਤਰਦੀ ਹੈ ਜਾਂ ਕਿਸੇ ਹਿੰਦੂ ਭਰਾ ਦੇ ਥੱਪੜ ਵੱਜਦਾ ਹੈ, ਇਹ ਸਭ ਕੁਛ ਕਿਉਂ ਹੁੰਦਾ ਹੈ? ਕਿਉਂਕਿ ਜੋ ਸਟੇਟ ਦੀ ਇੱਕ ਸਰਮੌਰ ਚੁਣੀ ਹੋਈ ਸੰਸਥਾ ਹੈ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਜਦੋਂ ਚੁਣਿਆ ਜਾਂਦਾ ਹੈ, ਮੈਂ ਸਮਝਦਾ ਵੀ ਇਹਨਾਂ ਦੀਆਂ ਪਹਿਲਾਂ ਕੋਈ ਕੋਚਿੰਗ ਕਲਾਸਿਸ ਲੱਗਣੀਆਂ ਚਾਹੀਦੀਆਂ ਨੇ, ਇਹਨਾਂ ਨੂੰ ਮਾਣ ਮਰਿਆਦਾ ਦਾ ਜਿਹੜਾ ਪਾਠ ਪੜ੍ਹਾਉਣਾ ਚਾਹੀਦਾ ਹੈ। ਆਪਕੋ ਕਿਆ ਲੱਗਤਾ ਹੈ ਪਗੜੀ ਕੀ ਸਿਆਸਤ ਕਿਤਨੀ ਵਾਜਬ? ਸਰ ਸਿਆਸਤ ਚਾਹੇ ਪਗੜੀ ਕੀ ਹੋ ਜਾਂ ਫਿਰ ਹਮ ਕਿਸੇ ਹੋਰ ਮੁੱਦੇ ਪਰ ਲੈ ਲੇ, ਸਿਆਸਤ ਸਿਆਸਤ ਹੀ ਹੋਤੀ ਹੈ। ਹਮ ਰਾਜਨੀਤੀ ਮੇਂ ਪੜ੍ਹਤੇ ਹੈ, ਜੋ ਹਮਾਰੀ ਸਰਕਾਰ ਹੈ ਲੋਗੋਂ ਕੀ, ਲੋਗੋਂ ਦੁਆਰਾ, ਲੋਗੋਂ ਕੇ ਲੀਏ ਬਣੀ ਹੋਈ ਸਰਕਾਰ ਹੈ। ਪਰ ਇਹ ਸਰਕਾਰ ਕਰ ਕਿਆ ਰਹੀ ਹੈ? ਇਹ ਸਿਰਫ ਆਪਸ ਮੇਂ ਲੜ ਰਹੀ ਹੈ, ਝਗੜ ਰਹੀ ਹੈ। ਜਬ ਅਕਾਲੀਓਂ ਕਾ ਟਾਈਮ ਥਾ ਤੋ ਵੋ ਸਿਰਫ ਕਾਂਗਰਸ ਉਨਕੋ ਕਰ ਰਹੇ ਥੇ। ਅਬ ਅਕਾਲੀਆਂ ਕਾਂਗਰਸੀਓਂ ਕਾ ਟਾਈਮ ਹੈ ਤੋ ਅਕਾਲੀ ਹੈ। ਪਹਿਲੇ ਕਾ ਟਾਈਮ ਥਾ ਤਬ ਅਕਾਲੀ ਸਰਕਾਰ ਖੁਦ ਸੱਤਾ ਮੇਂ ਥੀ, ਤਬ ਜੋ ਬਾਤੇ ਤਬ ਹੋ ਰਹੀ ਥੀ ਵੋ ਉਨ੍ਹੇ ਦਿਖਾਈ ਨਹੀਂ ਦੇ ਰਹੀ ਥੀ, ਉਨ੍ਹੇ ਦਿਖਾਈ ਜਾ ਰਹੀ ਥੀ। ਬਟ ਅਬ ਜੋ ਟਾਈਮ ਹੈ ਅਬ ਇਹ ਹੈ ਕਿ ਵੋ ਦੇਖ ਰਹੇ ਹੈ। ਈਵਨ ਕਿ ਜੋ ਪਹਿਲੇ ਹੋ ਰਹਾ ਥਾ ਵੋ ਸਭੀ ਸੇਮ ਸਿਚੁਏਸ਼ਨਸ ਅਬ ਹੋ ਰਹੀ ਹੈ। ਵਿਧਾਨ ਸਭਾ ਪਹਿਲੀ ਵਾਰ ਐਸਾ ਕੁਛ ਨਹੀਂ ਹੁਆ, ਪਹਿਲੇ ਵੀ ਹਮ ਦੇਖਤੇ ਆਏ ਹੈ ਕਿ ਇਹ ਸਭ ਹੋ ਰਹਾ ਹੈ, ਬਟ ਇਹ ਮੁੱਦਾ ਇੱਕ ਧਾਰਮਿਕ ਮੁੱਦਾ ਬਣਾ ਰਹੇ ਹੈ। ਤੋ ਇਹ ਹੈ ਮੋਹਾਲੀ ਵਾਸੀ ਜੋ ਕਿ ਮਾਨਤੇ ਹੈ ਕਿ ਲੋਗੋਂ ਕੇ ਮੁੱਦੋਂ ਪਰ ਸਿਆਸਤ ਹੋਣੀ ਚਾਹੀਏ, ਨਾ ਕਿ ਪਗੜੀ ਪਰ। ਕੈਮਰਾਮੈਨ ਪ੍ਰਮੋਦ ਕੇ ਸਾਥ ਰਵਿੰਦਰ ਸਿੰਘ, ਜ਼ੀ ਮੀਡੀਆ, ਮੋਹਾਲੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਿੱਜੀ ਕੇਬਲ ਆਪਰੇਟਰ ਖਿਲਾਫ਼ ਕਰੋੜਾਂ ਦੇ ਘੁਟਾਲੇ ਦੇ ਖੁਲਾਸੇ ਅਤੇ ਸਿਆਸਤ 'ਚ ਆ ਰਹੀ ਹੈ। ਪਿਛਲੀ ਅਕਾਲੀ ਬੀਜੇਪੀ ਸਰਕਾਰ 'ਤੇ ਚੁੱਕੇ ਸਵਾਲਾਂ 'ਤੇ ਤਿੱਖੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਅਤੇ ਇਸ ਬਾਰੇ ਸਾਬਕਾ ਸੀ ਐਮ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜੇਕਰ ਕਿਸੇ ਨੇ ਗੁਨਾਹ ਕੀਤਾ ਤਾਂ ਉਸ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਉੱਧਰ ਮਲੋਟ ਪਹੁੰਚੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਕਿਹਾ ਇਸ ਮੁਤਲਕ ਕਾਰਵਾਈ ਜ਼ਰੂਰ ਹੋਵੇਗੀ ਪਰ ਕਾਨੂੰਨ ਦੇ ਮੁਤਾਬਕ। ਜਿਹਦੇ ਖਿਲਾਫ ਘਪਲਾ ਹੈ ਕਾਨੂੰਨ ਆ ਉੱਤੇ ਐਕਸ਼ਨ ਕਰਿਆ ਜਾਏ। ਅਸੀਂ ਕਿਹੜਾ ਕਿਸੇ ਦੀ ਸਪੋਰਟ ਕਰਦੇ ਹਾਂ? ਜਿਹੜਾ ਵੀ ਕੋਈ ਮਾੜਾ ਕੰਮ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਚਾਹੇ ਉਹ ਫਾਸਟ ਵਿੱਚ ਪੀਟੀਸੀ ਹੈ ਜੀ, ਕੋਈ ਹੋਵੇ ਇਹਦਾ ਕੀ ਹੈ ਜੀ ਜਿਹਦਾ ਕੋਈ ਕਬਲਾ। ਕੇਵਲ ਮਾਫੀਏ ਦਾ ਮੁੱਦਾ ਪਰਸੋਂ ਤੁਸੀਂ ਸਾਰਿਆਂ ਨੇ ਸੁਣਿਆ ਅਤੇ ਸਰਕਾਰ ਦੇ ਵਿਚਾਰ ਅਧੀਨ ਹੈ, ਸਰਕਾਰ ਇਹਦੇ 'ਤੇ ਕੋਈ ਨਾ ਕੋਈ ਫੈਸਲਾ ਲੈ ਕੇ। ਹਾਂ ਅਤੇ ਚਾਹੇ ਸਾਡੇ ਕੋਲ ਤਾਂ ਆਏ ਹੀ ਹੋਏ 3 ਦਿਨ ਹੋਏ ਆ, ਇਹ 3 ਦਿਨ ਦੇ ਵਿੱਚ ਤਾਂ ਮੈਂ ਕੁਛ ਨਹੀਂ ਕਹਿ ਸਕਦਾ। ਮੋਹਾਲੀ ਦੇ ਫੇਜ਼ 11 ਦੇ LIG ਕੁਆਟਰਸ 'ਤੇ ਗੈਰ ਕਾਨੂੰਨੀ ਕਬਜ਼ਾ ਹਟਵਾਉਣ ਦੇ ਲਈ ਕਮਾਡਾ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਖਾਲੀ ਹੱਥ ਮੁੜਨਾ ਪਿਆ। ਸਰਕਾਰ ਨੇ 400 ਮਕਾਨ 1984 ਦੇ ਸਿੱਖ ਕਤਲਿਆਂ ਪੀੜਤਾਂ ਨੂੰ ਅਲਾਟ ਕੀਤੇ ਸਨ, ਪਰ 42 ਮਕਾਨਾਂ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਦੇ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਨੂੰ ਹਟਾਉਣ ਦੀ ਕਾਰਵਾਈ ਹਾਈਕੋਰਟ ਦੇ ਹੁਕਮਾਂ ਦੇ ਬਾਅਦ ਸ਼ੁਰੂ ਕੀਤੀ ਗਈ, ਪਰ ਇਹਨਾਂ 42 ਪਰਿਵਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਜੇ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋ ਸਕੀ, ਪਰਿਵਾਰਾਂ ਦੀ ਮੰਗ ਹੈ ਕਿ ਉਹ ਪਿਛਲੇ ਲਗਭਗ 30 ਸਾਲ ਤੋਂ ਇੱਥੋਂ ਰਹਿ ਰਹੇ ਨੇ, ਇੱਥੇ ਰਹਿ ਰਹੇ ਨੇ ਅਤੇ ਹੁਣ ਪ੍ਰਸ਼ਾਸਨ ਉਹਨਾਂ ਨੂੰ ਬੇਘਰ ਕਰ ਰਿਹਾ ਹੈ।
ਹੈ ਜੀ। ਆਪਾਂ ਤਾਂ ਚਲੋ ਇਹੀ ਕਹਿੰਦੇ ਹਾਂ ਸਰਕਾਰ ਜਿਹੜੀ ਵੀ ਹੈ ਮਕਾਨ ਜਿਹੜੇ 42 ਹੈਗੇ ਸਾਰਿਆਂ ਨੂੰ ਹੀ ਕਿਸੇ ਨੂੰ ਵੀ ਬੇਘਰ ਨਾ ਕੀਤਾ ਜਾਵੇ, ਚਾਹੇ ਜੋ ਵੀ ਹੈ ਤਾਂ ਪਹਿਲਾਂ ਹੀ ਵਿਚਾਰੇ ਦੁਖੀ ਨੇ, ਹੋਰ ਨਾ ਦੁਖੀ ਕੀਤਾ ਜਾਵੇ। ਸਾਨੂੰ 30-35 ਸਾਲ ਹੋ ਗਏ ਜੀ ਰਹਿੰਦਿਆਂ ਨੂੰ, ਮੇਰਾ ਬਚਪਨ ਮੈਂ ਪੈਦਾ ਇੱਥੇ ਹੋਈ ਹਾਂ, ਮੇਰਾ ਵਿਆਹ ਇੱਥੇ ਹੋਇਆ, ਮੇਰੇ ਬੱਚੇ ਉਰੇ ਵੱਡੇ ਹੋਏ ਆ, ਮੈਂ ਖੁਦ ਦੁਖੀ ਹੋ ਕੇ ਕੱਲ੍ਹ ਸਾਰਾ ਦਿਨ ਉੱਥੇ ਘੁੰਮਦੀ ਫਿਰਦੀ ਰਹੀ ਹਾਂ। ਕਿਸੇ ਦਾ ਵੀ ਦਿਲ ਨਹੀਂ ਕਰੂਗਾ ਸਰ ਘਰ ਖਾਲੀ ਕਰਨ ਦਾ। ਹਾਲੀ ਇਹ ਜਿਹੜਾ 33 ਸਾਲ ਪਹਿਲਾਂ ਜੋ ਜ਼ੁਲਮ ਹੋਇਆ ਸੀਗਾ ਉਹ ਦੁਬਾਰਾ ਅਸੀਂ ਉਹੀ ਜ਼ਖਮ ਖੁਰੇਦ ਰਹੇ ਹਾਂ, ਉਹੀ ਖੁਰੇਦ ਰਹੇ ਹਾਂ। ਪਤਾ ਲੱਗਾ ਵੀ ਇੱਥੇ ਕੱਲ੍ਹ ਟੀਮ ਆਈ, ਇਹਨਾਂ ਵਿਚਾਰਿਆਂ ਨੇ ਪ੍ਰੋਟੈਸਟ ਕੀਤਾ, ਫਿਰ ਕੁਝ ਕੌਂਸਲਰਸ ਨੇ ਇੰਟਰਵੀਨ ਕਰਕੇ ਉਹਨਾਂ ਨੂੰ ਟੀਮ ਨੂੰ ਵਾਪਸ ਭੇਜਿਆ, ਹੁਣ ਸ਼ਾਇਦ ਦੁਬਾਰਾ ਆਜੂਗੀ ਟੀਮ। ਅਸੀਂ ਉਹੀ ਆਉਂਦੇ ਹਾਂ ਵੀ ਜੇ 25-30 ਸਾਲ ਤੋਂ ਇਹ ਰਹਿ ਰਹੇ ਆ ਇਹਨਾਂ ਨੂੰ ਅਲੋਟਮੈਂਟ ਇਹਨਾਂ ਦੇ ਨਾਂ 'ਤੇ ਕਰਤੀ ਜਾਵੇ। ਜੇ ਉਹਦੀ ਕੋਈ ਕਸਰ ਆ ਕਸਰਿਆ ਉਹਨੂੰ ਪੂਰੀ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਉਹਨੂੰ ਕਸਰ ਨੂੰ ਪੂਰੀ ਕਰੀਏ। ਡਰੱਗ ਸਮਗਲਰਸ ਦੇ ਨਾਲ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਕਨੈਕਸ਼ਨ ਦਾ ਖੁਲਾਸਾ ਹੋਇਆ। ਮੁਲਜ਼ਮ ਦਾ ਨਾਂ ਜਗਬੀਰ ਸਿੰਘ ਹੈ, ਜਿਹੜਾ IRB ਵਿੱਚ ਇੰਸਪੈਕਟਰ ਦੇ ਅਹੁਦੇ 'ਤੇ ਤੈਨਾਤ ਸੀ। ਜਗਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਕੀ ਹੈ ਮਾਮਲਾ, ਰਿਪੋਰਟ ਵੇਖੋ। ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਵਿਅਕਤੀ ਦਾ ਨਾਂ ਜਗਬੀਰ ਸਿੰਘ ਹੈ। ਜਗਬੀਰ ਸਿੰਘ IRB 'ਚ ਇੰਸਪੈਕਟਰ ਦੇ ਤੌਰ 'ਤੇ ਕੰਮ ਕਰ ਚੁੱਕਿਆ ਹੈ। ਇਲਜ਼ਾਮ ਹੈ ਕਿ ਇਸ ਨੇ ਹੈਰੋਇਨ ਦੇ ਨਾਲ ਫੜੇ ਗਏ ਤਸਕਰ ਨੂੰ ਬਚਾਉਣ ਦੇ ਲਈ ਪੁਲਿਸ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਨੂੰ ਮਿਟਾਉਣ ਦਾ ਕੰਮ ਕੀਤਾ ਸੀ। ਪੁਲਿਸ ਦੇ ਮੁਤਾਬਕ ਇੰਸਪੈਕਟਰ ਜਗਬੀਰ ਸਿੰਘ 2014 'ਚ ਸਰਾਏ ਅਮਾਨਤ ਖਾਨ 'ਚ ਤੈਨਾਤ ਸੀ। 19 ਜੂਨ ਨੂੰ ਸਰਾਏ ਅਮਾਨਤ ਖਾਨ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਕੁਝ ਤਸਕਰਾਂ ਨੂੰ 1 ਕਿਲੋ 250 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਪਰ ਫੜਿਆ ਗਿਆ ਇੱਕ ਮੁਲਜ਼ਮ ਧਰਮਿੰਦਰ ਸਿੰਘ ਇੰਸਪੈਕਟਰ ਜਗਬੀਰ ਸਿੰਘ ਦਾ ਰਿਸ਼ਤੇਦਾਰ ਨਿਕਲ ਆਇਆ। ਇਲਜ਼ਾਮ ਹੈ ਕਿ ਆਪਣੇ ਰਿਸ਼ਤੇਦਾਰ ਨੂੰ ਇਸ ਕੇਸ 'ਚੋਂ ਕੱਢਣ ਦੇ ਲਈ ਜਗਬੀਰ ਸਿੰਘ ਨੇ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਕੀਤੀ ਤੇ ਮੁਲਜ਼ਮ ਨੂੰ ਕੋਰਟ 'ਚੋਂ ਕਲੀਨ ਚਿੱਟ ਦਵਾ ਦਿੱਤੀ ਸੀ। ਜਿਸ ਤੋਂ ਬਾਅਦ ਇਸ ਪੂਰੇ ਮਾਮਲੇ 'ਚ ਜਾਂਚ ਬਿਠਾਈ ਗਈ ਸੀ ਤੇ ਜਗਬੀਰ ਸਿੰਘ ਦੋਸ਼ੀ ਨਿਕਲਿਆ ਤੇ ਫਿਰ ਸਪੈਸ਼ਲ ਟਾਸਕ ਫੋਰਸ ਨੇ ਜਗਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਧਰਮਿੰਦਰ ਸਿੰਘ ਨਾਂ ਦਾ ਇੱਕ ਆਦਮੀ ਸੀ ਜੋ ਜਗਬੀਰ ਸਿੰਘ ਇੰਸਪੈਕਟਰ ਦਾ ਰਿਸ਼ਤੇਦਾਰ ਸੀ। ਉਹ ਇੰਸਪੈਕਟਰ ਜਗਬੀਰ ਸਿੰਘ ਨੇ ਉਹਨੂੰ ਬਚਾਉਣ ਦੀ ਖਾਤਰ ਉਹਦੀਆਂ ਫੁਟੇਜ ਉਹਦੀ ਐਵੀਡੈਂਸ ਨਾਲ ਉਹਨੇ ਹੇਰ ਫੇਰ ਕੀਤਾ। ਸ਼੍ਰੀ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਕੀਤੀ, ਜਿਹਦੇ ਵਿੱਚ ਇਹ ਜਗਬੀਰ ਸਿੰਘ ਇੰਸਪੈਕਟਰ ਜਿਹੜਾ 201-120 ਵਿੱਚ ਦਾ ਦੋਸ਼ੀ ਪਾਇਆ ਗਿਆ। ਤੁਹਾਨੂੰ ਇਹ ਵੀ ਦੱਸ ਦਈਏ ਕਿ 2012 'ਚ ਅੰਮ੍ਰਿਤਸਰ 'ਚ ਇੱਕ ਹੋਟਲ 'ਚ ਹੋਈ ਰੇਡ ਦੇ ਦੌਰਾਨ ਜਗਬੀਰ ਸਿੰਘ ਵੀ ਸ਼ਾਮਲ ਸੀ। ਉਸ ਦੌਰਾਨ ਵੀ ਜਗਬੀਰ ਸਿੰਘ ਕਰੋੜਾਂ ਦੀ ਜੂਆ ਰਾਸ਼ੀ ਗਾਇਬ ਕਰਨ ਦੇ ਇਲਜ਼ਾਮ 'ਚ ਨਾਮਜ਼ਦ ਹੋਇਆ ਸੀ। ਤਰਨ ਤਾਰਨ ਤੋਂ ਮਨੀਸ਼ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਸੀ ਮੀਡੀਆ। ਜਲੰਧਰ ਜ਼ਿਲ੍ਹੇ ਦੇ ਗੁਰਾਇਆ ਹਲਕੇ ਦੇ ਪਿੰਡ ਰੁੜਕਾ ਕਲਾਂ ਦੀ ਧੀ ਪਲਵਿੰਦਰ ਕੌਰ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਜੱਜ ਬਣਨ ਦੀ ਖਬਰ ਜਿਵੇਂ ਹੀ ਉਹਨਾਂ ਦੇ ਮਾਇਕੇ ਵਾਲਿਆਂ ਨੂੰ ਮਿਲੀ ਜਸ਼ਨ ਸ਼ੁਰੂ ਹੋ ਗਿਆ। ਉੱਧਰ ਪਲਵਿੰਦਰ ਦੇ ਸਹੁਰੇ ਘਰ ਪਿੰਡ ਜਗਤਪੁਰ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਇਹ ਉਹ ਖੁਸ਼ ਨਸੀਬ ਲੋਕ ਨੇ ਜਿਨ੍ਹਾਂ ਦੀ ਨੌਂ ਨੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ 'ਚ ਵੀ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ। ਇਹ ਹੈ ਨਵਾਂ ਸ਼ਹਿਰ ਦਾ ਪਿੰਡ ਜਗਤਪੁਰ। ਇਸ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ, ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ, ਲੋਕ ਮੂੰਹ ਮਿੱਠਾ ਕਰਵਾ ਰਹੇ ਨੇ ਤੇ ਇਸ ਦਾ ਕਾਰਨ ਹੈ ਇਸ ਪਰਿਵਾਰ ਦੀ ਨੌਂ ਪਲਵਿੰਦਰ ਕੌਰ ਸ਼ੇਰਗਿੱਲ। ਭਾਰਤੀ ਮੂਲ ਦੀ ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡਾ ਸੁਪਰੀਮ ਕੋਰਟ ਦੀ ਪਹਿਲੀ ਅੰਮ੍ਰਿਤਧਾਰੀ ਸਿੱਖ ਮਹਿਲਾ ਜੱਜ ਬਣੀ ਹੈ। ਪਲਵਿੰਦਰ 4 ਸਾਲ ਦੀ ਉਮਰ 'ਚ ਪਹਿਲੀ ਵਾਰ ਕੈਨੇਡਾ ਆਈ ਸੀ। ਇੱਥੇ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਕੈਨੇਡਾ 'ਚ ਉਹ ਆਪਣੇ ਪਤੀ, ਇੱਕ ਬੇਟੀ ਅਤੇ 2 ਬੇਟਿਆਂ ਦੇ ਨਾਲ ਰਹਿੰਦੀ ਹੈ। ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡਾ 'ਚ ਸਿੱਖਾਂ ਦੇ ਮੁੱਦੇ ਚੁੱਕਦੀ ਰਹੀ ਹੈ। ਪਲਵਿੰਦਰ 2002 ਤੋਂ 2008 ਤੱਕ ਹੈਲਥ ਅਥਾਰਿਟੀ ਦੀ ਡਾਇਰੈਕਟਰ ਨੈਸ਼ਨਲ ਐਡਮਿਨਿਸਟ੍ਰੇਸ਼ਨ ਲਾਅ ਸੈਕਸ਼ਨ ਦਾ ਹਿੱਸਾ ਵੀ ਰਹਿ ਚੁੱਕੀ ਹੈ। ਪਲਵਿੰਦਰ ਕੌਰ ਲਿਬਰਲ ਪਾਰਟੀ ਦੇ ਵੱਲੋਂ MP ਦੀ ਚੋਣ ਵੀ ਲੜ ਚੁੱਕੀ ਹੈ, ਪਰ ਪਲਵਿੰਦਰ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਈ ਸੀ। ਪਲਵਿੰਦਰ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਹੈ, ਪਰ ਉਸਦਾ ਸਹੁਰਾ ਪਿੰਡ ਜਗਤਪੁਰ ਹੈ। ਨੌਂ ਨੇ ਦੇਸ਼ ਅਤੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ, ਲਿਹਾਜ਼ਾ ਪਿੰਡ 'ਚ ਜਸ਼ਨ ਦਾ ਮਾਹੌਲ ਹੈ ਤੇ ਹਰ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਹੈ। ਪਲਵਿੰਦਰ ਕੌਰ ਜੀ ਮੇਰੀ ਨੌਂ ਲੱਗਦੀ ਆ। ਉਹ ਬਹੁਤ ਅਹੁਦੇ ਦੇ ਉੱਚੇ ਤੇ ਉੱਚੇ ਅਹੁਦੇ ਤੇ ਗਈ, ਜੱਜ ਬਣ ਗਈ। ਸਾਨੂੰ ਬਹੁਤ ਖੁਸ਼ੀ ਹੋਈ, ਸਾਡੇ ਪਰਿਵਾਰ ਦਾ ਉੱਚਾ ਨਾਂ ਕੀਤਾ, ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਸਾਡੇ ਪਿੰਡ ਦਾ ਜਗਤਪੁਰ ਦਾ। ਸਾਨੂੰ ਆਲੇ ਦੁਆਲੇ ਦੇ ਵਧਾਈਆਂ ਦੇਣ ਆਉਂਦੇ ਲੋਕ। ਮੈਨੂੰ ਖੁਸ਼ੀ ਆ, ਮਾਣ ਆ ਕਿ ਸਾਡੇ ਪਿੰਡ ਦੀ ਪਲਵਿੰਦਰ ਕੌਰ ਸ਼ੇਰਗਿੱਲ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ 'ਤੇ ਸੁਪਰੀਮ ਕੋਰਟ ਦੀ ਜੱਜ ਬਣਨ ਦਾ ਮਾਣ ਹਾਸਲ ਕੀਤਾ ਆ ਪਿੰਡ ਜਗਤਪੁਰ ਦੇ ਵਿੱਚ ਤੇ ਪੂਰੇ ਇਲਾਕੇ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਆ।
47 ਸਾਲ ਦੀ ਪਲਵਿੰਦਰ ਕੌਰ ਨੇ ਕੈਨੇਡਾ 'ਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਕੰਮ ਕਰਦੇ ਹੋਏ ਕਈ ਮਾਮਲੇ ਨੂੰ ਅਦਾਲਤਾਂ 'ਚ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਤੇ ਉਹਨਾਂ ਦੇ ਸ਼ਾਨਦਾਰ ਕੰਮਾਂ ਦੇ ਚੱਲਦੇ ਹੀ ਅੱਜ ਉਹਨਾਂ ਨੂੰ ਇੱਕ ਨਵਾਂ ਮੁਕਾਮ ਹਾਸਲ ਹੋਇਆ ਹੈ। ਨਵਾਂ ਸ਼ਹਿਰ ਤੋਂ ਜੋਵਨਪ੍ਰੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ ਜ਼ੀ ਮੀਡੀਆ। ਗੁਰੂਗ੍ਰਾਮ ਵਿੱਚ ਬੀਤੀ ਰਾਤ ਬਾਲੀਵੁੱਡ ਰੈਪਰ ਫਾਜ਼ਿਲਪੁਰੀਆ ਦਾ ਸੜਕ 'ਤੇ ਡਰਾਮਾ ਵੇਖਣ ਨੂੰ ਮਿਲਿਆ। ਐਮ ਜੀ ਰੋਡ 'ਤੇ ਪੁਲਿਸ ਨੇ ਡਰੰਕ ਐਂਡ ਡਰਾਈਵ ਅਭਿਆਨ ਚਲਾ ਰੱਖਿਆ ਸੀ। ਇਸੇ ਦੌਰਾਨ ਗਾਇਕ ਫਾਜ਼ਿਲਪੁਰੀਆ ਦੀ ਗੱਡੀ ਨੂੰ ਰੋਕਿਆ ਗਿਆ ਅਤੇ ਜਦੋਂ ਉਹਨਾਂ ਦਾ ਐਲਕੋਮੀਟਰ ਰਾਹੀਂ ਚੈੱਕਅਪ ਕੀਤਾ ਗਿਆ ਤਾਂ ਉਹ ਪੋਜ਼ਿਟਿਵ ਪਾਏ ਗਏ, ਜਦੋਂ ਕਿ ਫਾਜ਼ਿਲਪੁਰੀਆ ਆਪਣੇ ਆਪ ਨੂੰ ਪਾਕਿ ਸਾਹਿਬ ਦੱਸ ਰਹੇ ਨੇ। 3 ਵਾਰ ਪੁਲਿਸ ਨੇ ਐਲਕੋ ਟੈਸਟ ਕੀਤਾ ਅਤੇ ਉਹ ਫੇਲ ਪਾਏ ਗਏ। ਹੁਣ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ, ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਨਾ ਪੰਥ ਖਤਰੇ 'ਚ ਹੁੰਦਾ ਹੈ ਨਾ ਦਸਤਾਰ, ਕੀ ਬੈਂਸ ਬ੍ਰਦਰਸ ਦਾ ਬਿਆਨ ਸਹੀ ਹੈ? ਜਵਾਬ ਐਸਐਮਐਸ ਕਰੋ ਹਾਂ ਦੇ ਲਈ ਪੀ ਐਚ ਐਚ ਸਪੇਸ ਵਾਈ, ਨਾ ਦੇ ਲਈ ਪੀ ਐਚ ਐਚ ਸਪੇਸ ਦੈਨ, ਸਪੇਸ ਨੂੰ ਭੇਜੋ 5755 75 'ਤੇ।